ਵਿਆਹ ਕਰਵਾਉਣ ਦਾ ਝਾਸਾ ਦੇ ਕੇ ਸਰੀਰਕ ਸੰਬੰਧ ਬਣਾਉਣ ਦੀਆਂ ਖਬਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਹੁਣ ਮਾਮਲਾ ਫਿਰ ਪੰਜਾਬ ਤੋਂ ਸਾਹਮਣੇ ਆਇਆ ਏ। ਖੰਨਾ ਦੇ ਸਮਰਾਲਾ ਦੀ ਰਹਿਣ ਵਾਲੀ ਇੱਕ ਲੜਕੀ ਨੇ ਇੱਕ ਲੜਕੇ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਲੜਕੇ ਨੇ ਪਹਿਲਾਂ ਵਿਆਹ ਕਰਵਾਉਣ ਦਾ ਝਾਸਾ ਦਿੱਤਾ ਅਤੇ ਉਸ ਨਾਲ ਸਰੀਰਕ ਸੰਬੰਧ ਬਣਾਏ। ਜਦੋਂ ਵਿਆਹ ਕਰਵਾਉਣ ਦਾ ਸਮਾਂ ਆਇਆ ਤਾਂ ਲੜਕਾ ਮੁੱਕਰ ਗਿਆ। ਲੜਕੇ ਦੇ ਵੱਲੋਂ ਲੜਕੀ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਕਹਿੰਦਾ ਵੀ ਜੇ ਮੈਂ ਧੋਖਾ ਧੜੀ ਕਰ ਰਿਹਾ ਕਹਿੰਦਾ ਵੀ ਜੇ ਮੈਂ ਧੋਖਾ ਧੜੀ ਕਰਦਾ ਤਾਂ ਫਿਰ ਤੂੰ ਇਹ ਦੱਸ ਤੈਨੂੰ ਕਿਤੇ ਲੈ ਕੇ ਜਾਂਦਾ ਘੁਮਾਉਂਦਾ ਉਸ ਤੋਂ ਬਾਅਦ ਮੈਂ ਉਹਨੂੰ ਕਿਹਾ ਕਿ ਮੈਂ ਆਪਣੇ ਮਦਰ ਫਾਦਰ ਨੂੰ ਤੇਰੇ ਘਰੇ ਵਿਆਹ ਲਈ ਲੈ
ਸਾਰੇ ਕਿਤੇ ਘੁੰਮਾਉਂਦਾ ਰਿਹਾ। ਮੈਨੂੰ ਨੈਣਾ ਦੇਵੀ, ਆਨੰਦਪੁਰ ਸਾਹਿਬ, ਖੰਨੇ, ਲੁਧਿਆਣੇ ਸਾਰੇ ਕਿਤੇ। ਲੜਕੇ ਨੇ ਕਿਹਾ ਕਿ ਉਹ ਉਸਦਾ ਕੁਝ ਨਹੀਂ ਵਿਗਾੜ ਸਕਦੀ ਕਿਉਂਕਿ ਉਸਦਾ ਤਾਇਆ ਅਮਰੀਕ ਸਿੰਘ ਢਿੱਲੋਂ ਸਮਰਾਲਾ ਤੋਂ ਵਿਧਾਇਕ ਹੈ। ਅਮਰੀਕ ਸਿੰਘ ਢਿੱਲੋਂ ਤੁਹਾਨੂੰ ਵੀ ਉਹਨੇ ਸੱਦਿਆ ਸੀ ਉੱਥੇ ਕਿਤੇ ਅਮਰੀਕ ਸਿੰਘ ਢਿੱਲੋਂ ਕੋਲ ਗਏ ਹੋ ਤੁਸੀਂ? ਹਾਂਜੀ, ਮੈਂ ਉਹਨਾਂ ਕੋਲ ਕੱਲ ਗਈ ਹਾਂ, ਉਹਨਾਂ ਨੇ ਮੈਨੂੰ ਕੱਲ ਸੱਦਿਆ ਸੀਗਾ। ਉੱਥੇ ਜੀ ਉਹਦਾ ਚਾਚਾ ਬਿੰਦਰ ਜਿਹਨੂੰ ਕਹਿੰਦੇ ਨੇ, ਉਹ ਜੀ ਪੁਲਿਸ ਸਟੇਸ਼ਨ 'ਚ ਵੀ ਆਇਆ ਸੀ ਮੇਰੇ ਕੋਲ ਵਿਆਹ ਦੀ ਗੱਲ ਤੋਰਨ, ਜਦੋਂ ਮੈਂ ਪਰਚਾ ਉੱਤੇ ਕਟਾਤਾ ਸੀਗਾ। ਉਹਦਾ ਮਾਮਾ ਵੀ ਮੇਰੇ ਕੋਲ ਆਇਆ, ਇੱਕ ਵਾਰ ਨਹੀਂ ਦੋ ਵਾਰ ਆਇਆ, ਤਿੰਨ ਵਾਰ ਆਇਆ। ਪੁਲਿਸ ਥਾਣੇ 'ਚ ਵੀ ਤੁਸੀਂ ਪੁੱਛ ਸਕਦੇ ਹੋ, ਮੇਰੇ ਕੋਲ ਆਇਆ, ਮੇਰੇ ਕੋਲ ਵਿਆਹ ਦੀ ਉਹਨੇ ਗੱਲ ਕੀਤੀ। ਉਹ ਮੈਨੂੰ ਧਮਕਾ ਰਹੇ ਸੀ ਵੀ ਇਹਨੂੰ ਗੋਬਰ ਚੱਕਣਾ ਪੈਣਾ। ਮੈਂ ਕਿਹਾ ਗੋਬਰ, ਮੈਂ ਕਿਹਾ ਮੈਂ BSc ਸਟੂਡੈਂਟ ਹੈ, ਮੈਂ ਉੱਥੇ ਗੋਬਰ ਚੱਕੂੰਗੀ ਨਹੀਂ, ਮੈਂ ਘਰ ਦਾ ਬਾਕੀ ਸਾਰਾ ਕੰਮ ਕਰੂੰਗੀ। ਉਹ ਮੇਰੀ ਇਹ ਗੱਲ ਮੰਨ ਗਏ, ਕਹਿੰਦੇ ਠੀਕ ਹੈ, ਅਸੀਂ ਤਿਆਰ ਹਾਂ, ਤੂੰ ਵਿਆਹ ਕਰਨ ਲਈ ਰੈਡੀ ਹੋ ਜਾ। ਮੈਂ ਕਿਹਾ ਠੀਕ ਹੈ, ਮੈਂ ਕਿਹਾ ਤੁਸੀਂ ਇਹ ਸਾਰੀਆਂ ਗੱਲਾਂ ਨਾ ਜੱਜ ਦੇ ਮੂਹਰੇ ਕਹਿ ਦਿਓ ਵੀ ਇਹ ਕੁੜੀ ਦੇ ਵੀ ਇੱਦਾਂ ਇੱਦਾਂ ਇਹ ਕਹਿ ਰਹੀ ਹੈ ਕਿ ਵੀ ਗੋਬਰ ਅਸੀਂ ਨਹੀਂ ਚੁਕਾਉਣਾ, ਇਹ ਸਭ ਕਹਿ ਦੇਣ। ਮੈਂ ਕਿਹਾ ਮੈਂ ਪੜ੍ਹੀ ਲਿਖੀ ਕੁੜੀ ਹਾਂ, ਮੈਂ ਆਪਣੀ ਪੜ੍ਹਾਈ ਜਾਰੀ ਰੱਖਣੀ ਆ, ਮੈਂ ਅੱਗੇ ਪੜ੍ਹਨਾ ਚਾਹੁੰਦੀ ਹਾਂ, ਮੈਂ ਆਫਿਸਰ ਬਣਨਾ ਚਾਹੁੰਦੀ ਹਾਂ। ਮੈਂ ਕਿਹਾ ਤੁਹਾਡੇ ਮੁੰਡੇ ਨੂੰ ਸਾਰਾ ਕੁਛ ਪਤਾ, ਮੈਂ ਆਪਣੀ ਪੜ੍ਹਾਈ ਜਾਰੀ ਰੱਖੂੰਗੀ, ਇਹ ਭਾਵੇਂ ਕੰਮ ਕਰੇ ਭਾਵੇਂ ਨਾ ਕਰੇ, ਮੈਨੂੰ ਕੋਈ ਦਿੱਕਤ ਨਹੀਂ ਹੈਗੀ। ਅਤੇ ਉਹਦਾ ਚਾਚਾ, ਉਹਦਾ ਤਾਇਆ, ਸਕਾ ਤਾਇਆ ਮੈਨੂੰ ਕਹਿੰਦਾ ਸੀਗਾ। ਜਦਕਿ ਜਦੋਂ ਕਿੰਨੇ ਦਿਨ ਹੋ ਗਏ ਸੰਗਤ ਪੀੜੇ ਢਿੱਲੋਂ ਧੋਖਾ ਦਿੰਦਾ ਰਿਹਾ, ਹਲੇ ਤੱਕ ਧੋਖਾ ਦਿੰਦਾ ਹੀ ਗਿਆ। ਮੇਰੇ ਨਾਲ ਉਹਦੀ ਗੱਲਬਾਤ ਵੀ ਹੋਈ, ਮੇਰੇ ਘਰੇ ਆਇਆ, ਸਾਰਾ ਕੁਛ ਕਰਿਆ ਉਹਨੇ, ਮੇਰੀ ਗੱਲ ਹੋਈ। ਮੈਂ ਕਿਹਾ ਤੁਸੀਂ ਮੇਰੀ ਕੁੜੀ ਨਾਲ ਵਿਆਹ ਕਰਾਓ ਤੁਸੀਂ। ਪਹਿਲਾਂ ਕਹਿੰਦਾ ਹਾਂ ਕਰਾਊਂਗਾ, ਮੇਰੇ ਨਾਲ ਵਾਅਦਾ ਕਰਕੇ ਗਿਆ, ਹਾਂ ਵਿਆਹੇ ਤੋਂ ਇਹਦੇ ਨਾਲ ਕਰਾਉਣਾ ਜੋ ਮਰਜ਼ੀ ਹੋਵੇ। ਮੈਂ ਕਿਹਾ ਜੋ ਤੁਹਾਡੇ ਕਰਕੇ ਮਤਲਬ ਮਨਾ ਕਰਨਗੇ ਫਿਰ ਕੀ ਬਣੂਗਾ? ਕਹਿੰਦਾ ਘਰ ਗਿਆ ਨੂੰ ਮੈਂ ਮਨਾ ਲੂੰਗਾ। ਹੁਣ ਕਹਿੰਦਾ ਮੇਰੀ ਕੁੜੀ ਨੂੰ ਜੋ ਤੁਸੀਂ ਮਰਜ਼ੀ ਆਵੇ ਕਰ ਲਓ ਸਾਨੂੰ। ਮੈਂ ਤਾਂ ਫੋਨ 'ਤੇ ਗੱਲਬਾਤ ਹੋਈ, ਮੈਂ ਕਿਹਾ ਕਦ ਤੂੰ ਵਿਆਹ ਰੱਖਣਾ, ਕਦ ਕੀ ਕਰਨਾ? ਫਿਰ ਮੈਨੂੰ ਫੋਨ 'ਤੇ ਮਨਾ ਕਰਤਾ, ਕਹਿੰਦਾ ਅਸੀਂ ਵਿਆਹ ਨਹੀਂ ਕਰਾਉਣਾ, ਤੁਸੀਂ ਆਪਣੀ ਕੁੜੀ ਜਿੱਥੇ ਮਰਜ਼ੀ ਆਵੇ ਤੋਰ ਦਿਓ। ਮੈਂ ਕਿਹਾ ਜੇ ਮੇਰੀ ਕੁੜੀ ਮਰ ਗਈ ਫਿਰ ਕੀ ਹੋਣਾ? ਕਹਿੰਦਾ ਉਹ ਤੁਹਾਡੀ ਜ਼ਿੰਮੇਵਾਰੀ ਆ। ਮੇਰੀ ਜ਼ਿੰਮੇਵਾਰੀ ਹੈ ਕਿ ਸਰ ਇਹਦੀ ਜ਼ਿੰਮੇਵਾਰੀ ਆ ਜਿਹੜਾ ਮੇਰੀ ਕੁੜੀ ਨਾਲ, ਪੜ੍ਹੀ ਲਿਖੀ ਕੁੜੀ ਨਾਲ, ਮੇਰੀ ਕੁੜੀ ਨਾਲ ਧੋਖਾ ਕੀਤਾ, ਇਹਦਾ ਕੀ ਹੋਣਾ ਚਾਹੀਦਾ? ਇਹਨੂੰ ਤਾਂ ਜਾਂ ਤਾਂ ਮੇਰੀ ਕੁੜੀ ਵਿਆਹ ਕੇ ਲੈ ਜਾਵੇ, ਜਾਂ ਤਾਂ ਇਹਨੂੰ ਸਿੱਧੀ ਸਜ਼ਾ ਹੋਵੇ, ਵੱਧ ਤੋਂ ਵੱਧ ਸਜ਼ਾ ਹੋਵੇ ਕਿ ਇਹੋ ਜਿਹਾ ਮੁੰਡਾ ਕਦੇ ਕਿਸੇ ਕੁੜੀ ਦੀ ਜ਼ਿੰਦਗੀ ਨਾ ਬਰਬਾਦ ਕਰੇ। ਜੀ ਸਰ, ਇੱਕ ਰੇਪ ਕੇਸ ਦਾ ਮਾਮਲਾ ਆਇਆ, ਕੀ ਮਾਮਲਾ? ਇੱਕ ਲੜਕੀ ਸੀਗੀ ਸ਼ਹਿਰ ਦੀ, ਉਹ ਕੰਪਲੇਂਟ ਲੈ ਕੇ ਆਈ ਸੀ, ਉਹਦੀ ਕੰਪਲੇਂਟ 'ਤੇ ਮੁਕੱਦਮਾ ਦਰਜ ਕਰਤਾ ਅਤੇ ਹੁਣ ਅੱਗੇ ਤਫਤੀਸ਼ ਕਰ ਰਹੇ ਹਾਂ ਅਤੇ ਕੁੜੀ BSc ਕਰ ਰਹੀ ਆ ਅਤੇ ਮੁੰਡਾ ਕੋਈ ਇੱਥੇ ਲੋਕਲਾ ਉਹਦਾ ਜਨਮ ਦਾ ਪਤਾ ਕਰਕੇ ਅਗਲੀ ਤਫਤੀਸ਼ ਕਰਕੇ ਕਾਰਵਾਈ ਅਗਲੀ ਆਉਣ ਵਿੱਚ ਲਿਆ ਰਹੇ ਹਾਂ ਅਤੇ ਜਲਦੀ ਇਹਦੀ ਅਰੈਸਟ ਕਰਾਂਗੇ ਸਾਰੀ